ਭਾਰਤ ਦੇ ਸਭ ਤੋਂ ਸਫਲ ਬੱਲੇਬਾਜ਼ਾਂ ਵਿੱਚੋਂ ਇੱਕ ਯੁਵਰਾਜ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਇਸ ਦੇ ਨਾਲ ਹੀ ICC ਦੁਆਰਾ ਸਵੀਕਾਰ ਕੀਤੀ ਗਈ ਵਿਦੇਸ਼ੀ T20 ਲੀਗ 'ਚ ਫਰਲਾਂਸ ਖਿਡਾਰੀ ਦੇ ਤੌਰ 'ਤੇ ਵੀ ਖੇਡ ਸਕਦੇ ਹਨ। ਪੰਜਾਬ ਦੇ ਖੱਬੇ ਹੱਥ ਦੇ ਬੱਲੇਬਾਜ਼ BCCI ਤੋਂ ਮਨਜ਼ੂਰੀ ਮਿਲਣ ਦੇ ਬਾਅਦ ਹੀ ਆਪਣਾ ਅੰਤਿਮ ਫੈਸਲਾ ਕਰਨਗੇ। ਸੂਤਰਾਂ ਦੀ ਮੰਨੀਏ ਤਾਂ ਯੁਵਰਾਜ ਸਿੰਘ ਨੇ ਹੁਣ ਮੰਨ ਲਿਆ ਹੈ ਕਿ ਉਹਨਾਂ ਨੇ ਭਾਰਤ ਵੱਲੋਂ ਖੇਡਣ ਦੀ ਸੰਭਾਵਨਾ ਬੇਹੱਦ ਘੱਟ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ BCCI ਦੇ ਸੂਤਰ ਨੇ ਐਤਵਾਰ ਨੂੰ ਦੱਸਿਆ ਕਿ ਯੁਵਰਾਜ ਸਿੰਘ ਅੰਤਰਰਾਸ਼ਟਰੀ ਅਤੇ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਸੰਨਿਆਸ ਦੇ ਬਾਰੇ ਸੋਚ ਰਹੇ ਹਨ। ਉਹਨਾਂ ਨੇ BCCI ਨਾਲ ਗੱਲ ਕਰਨ ਤੇ GT20 ਕੈਨੇਡਾ, ਆਇਰਲੈਂਡ ਦੀ ਯੂਰੋ T20 ਸਲੈਮ ਤੇ ਹਾਲੈਂਡ 'ਚ ਖੇਡਣ ਦੇ ਬਾਅਦ ਸਪੱਸ਼ਟਤਾ ਮੰਗਣ ਦੀ ਉਮੀਦ ਹੈ, ਕਿਉਂਕਿ ਉਹਨਾਂ ਕੋਲ ਪਹਿਲਾਂ ਹੀ ਇਸ ਦੀ ਪੇਸ਼ਕਸ਼ ਆ ਚੁੱਕੀ ਹੈ। ਯੁਵਰਾਜ ਸਿੰਘ ਇਸ ਸਾਲ IPL 'ਚ ਮੁੰਬਈ ਇੰਡੀਅਨਸ ਵੱਲੋਂ ਖੇਡੇ ਸਨ, ਪਰ ਉਹਨਾਂ ਨੂੰ ਵੱਧ ਮੌਕਾ ਨਹੀਂ ਮਿਲਿਆ। ਇਹੀ ਕਾਰਨ ਹੈ ਕਿ ਉਹ ਆਪਣੇ ਭਵਿੱਖ ਦੀਆਂ ਯੋਜਨਾਵਾਂ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਇਸ ਵਿਚਾਲੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਜ਼ਹੀਰ ਖਾਨ ਅਤੇ ਵਰਿੰਦਰ ਸਹਿਵਾਗ ਦੁਬਈ 'ਚ T10 ਲੀਗ ਦਾ ਹਿੱਸਾ ਹੋ ਸਕਦੇ ਹਨ, ਤਾਂ ਫਿਰ ਯੁਵਰਾਜ ਨੂੰ ਮਨਜ਼ੂਰੀ ਕਿਉਂ ਨਹੀਂ ਮਿਲ ਸਕਦੀ। ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਭਾਰਤ ਦੀ 2007 ਅਤੇ 2011 ਦੀ ਵਿਸ਼ਵ ਕੱਪ ਵਿਜੇਤਾ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਬਿਊਰੋ ਰਿਪੋਰਟ, ਦ TV NRI।